ਹਲਕਾ ਪੂਰਬੀ ਵਾਰਡ ਨੰਬਰ 43 ਵਿੱਚ ਵੋਟਾਂ ਦੌਰਾਨ ਬੂਥ ਅੰਦਰ ਦੋਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਝੜਪ ਹੋ ਗਈ, ਜਿਸ ਵਿੱਚ ਅਕਾਲੀ ਦਲ ਦੇ ਆਗੂ ਹਰਜੀਤ ਸਿੰਘ ਲਵਲੀ ਫੈਨ ਵਾਲਿਆਂ ਨੇ ਕਾਂਗਰਸ ਪਾਰਟੀ ਦੇ ਆਗੂਆਂ ਉੱਪਰ ਮਾਰ ਕੁਟਾਈ ਕਰਨ ਦੇ ਇਲਜ਼ਾਮ ਲਗਾਏ ਹਨ। ਦੂਸਰੇ ਪਾਸੇ ਕਾਂਗਰਸੀ ਆਗੂ ਵਾਰਡ ਇੰਚਾਰਜ ਨਿਰਮਲ ਸਿੰਘ ਨਿੰਮਾ ਨੇ ਅਕਾਲੀ ਦਲ ਦੇ ਆਗੂਆਂ ਵੱਲੋਂ ਪਗੜੀ ਉਤਾਰਨ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ ਮੌਕੇ ਤੇ ਪਹੁੰਚੀ ਪੁਲਿਸ ਦੁਆਰਾ ਮਾਹੌਲ ਨੂੰ ਸ਼ਾਂਤ ਕੀਤਾ ਗਿਆ। ਥਾਣਾ ਇੰਚਾਰਜ ਨੇ ਗੱਲਬਾਤ ਕਰਦੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਸਰ, ਕਈ ਹੱਥ ਪਾਈ ਪਿੱਛੇ ਰੱਖੋ, ਉੱਚੀ ਬੋਲਣਾ ਥੋੜਾ। ਹਾਂਜੀ ਵੀਰ ਜੀ, ਕੀ ਨਾਂ ਜੀ ਆਪਣਾ? ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ। ਹਾਂਜੀ, ਕਿਹੜੀ ਪਾਰਟੀ ਦੇ ਸੰਬੰਧ ਰੱਖਦੇ ਜੀ? ਮੈਂ ਸ਼੍ਰੋਮਣੀ ਅਕਾਲੀ ਦਲ ਵੱਲ ਨਾਲ ਸੰਬੰਧਿਤ ਹੈ ਜੀ। ਕੀ ਮਸਲਾ ਸਾਰਾ ਜਿਹੜਾ ਤੁਹਾਨੂੰ? ਮਸਲਾ ਸਾਡਾ ਇਹ ਹੈ ਜੀ, ਅਸੀਂ ਵੋਟ ਪਾਉਣ ਆਏ ਸੀਗੇ ਜੀ। ਇਹ ਨਿਰਮਲ ਸਿੰਘ ਨਿੰਮਾ ਜਿਹੜਾ ਇਹ ਅੰਦਰੋਂ ਫੋਟੋ ਖਿੱਚ ਰਿਹਾ ਸੀਗਾ। ਨਿਰਮਲ ਸਿੰਘ ਨਿੰਮਾ ਜੀ ਸਾਡੇ ਵਾਰਡ ਦਾ ਇੱਥੋਂ ਦਾ ਕੌਂਸਲਰ ਦੇ ਨਾਲ ਸੰਬੰਧਿਤ ਰੱਖਦਾ, ਇਲੈਕਸ਼ਨ ਵੀ ਇਹਨੇ ਲੜੀ ਸੀਗੀ ਯਾਦ ਹੈ ਕਾਂਗਰਸ ਵੱਲੋਂ ਜੀ। ਅਤੇ ਇਹਨੂੰ ਅਸੀਂ ਡੱਕਿਆ ਜੀ, ਅੰਦਰੋਂ ਇਹ ਗਾਲੀ ਗਲੋਚ ਕਰਦਾ ਆਇਆ। ਮੁਲਾਜ਼ਮ ਸਾਰੇ ਬਾਹਰ ਬੈਠੇ ਸੀਗੇ, ਮੁਲਾਜ਼ਮਾਂ ਨੂੰ ਇਹਨੂੰ ਡੱਕਿਆ ਕਿ ਭਾਈ ਤੂੰ ਗਾਲੀ ਗਲੋਚ ਕਿਉਂ ਕਰ ਰਿਹਾ? ਅਤੇ ਅਸੀਂ ਇਹਨੂੰ ਕਿਹਾ ਭਾਈ ਤੁਸੀਂ ਆਂਢੀ ਗੁਆਂਢੀ ਆਪਾਂ ਰਹਿਣ ਵਾਲੇ, ਕਿਉਂ ਗਾਲੀ ਗਲੋਚ ਕਰਦੇ ਹਾਂ? ਇਸੇ ਗੱਲੋਂ ਇਹਨੇ ਆਣ ਕੇ ਮੇਰੀ ਪੱਗ ਲਾ ਦਿੱਤੀ ਆ। ਪੱਗ ਲਾ ਕੇ ਇਹਨੇ ਸੁਣ ਮਾਰੇ, ਇਹਦੇ ਨਾਲ ਦੋ ਤਿੰਨ ਬੰਦੇ ਖੜੇ ਹੋ ਗਏ ਆ। ਉਸ ਤੋਂ ਬਾਅਦ 'ਚ ਮੇਰੇ ਮਾਮਾ ਜੀ ਨਾਲ ਆਏ ਆ, ਇਹਨਾਂ ਦੇ ਵੀ ਉਹਨੇ ਮਤਲਬ ਕਿ ਦਸਤਾਰ ਨੂੰ ਹੱਥ ਪਾਇਆ ਅਤੇ ਨਾਲੇ ਵੈਸੇ ਹੱਟ ਦੇ ਮਰੀਜ਼ ਹੈਗੇ, ਇਹਨਾਂ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ, ਕਿਉਂਕਿ ਤਿੰਨ ਚਾਰ ਬੰਦੇ ਸੀਗੇ। ਅਸੀਂ ਉਹਨੂੰ ਇਹਨੂੰ ਡੱਕਿਆ ਕਿ ਤੂੰ ਅੰਦਰ ਫੋਟੋ ਸ਼ੂਟ ਕਿਉਂ ਕਰ ਰਿਹਾ? ਕਾਹਦੇ ਵਾਸਤੇ ਕਰ ਰਿਹਾ? ਬੂਥ ਅੰਦਰ ਜਿੱਥੇ ਵੋਟਾਂ ਮਾਰੀਆਂ ਉੱਥੇ ਫੋਟੋ, ਜਿੱਥੇ ਵੋਟਾਂ ਅੰਦਰ ਪੈ ਰਹੀਆਂ ਉੱਥੇ ਜਾ ਕੇ ਪਵਾ ਫੋਟੋ ਖਿੱਚੀ। ਅਧਿਕਾਰੀਆਂ ਵੱਲੋਂ ਜਾਂ ਪੁਲਿਸ ਵੱਲੋਂ? ਅਧਿਕਾਰ ਵਾਲੀਆਂ ਕਿਸੇ ਨੇ ਵੀ ਨਹੀਂ ਇਹਨੂੰ ਡੱਕਣ ਦੀ ਕੋਸ਼ਿਸ਼ ਕੀਤੀ। ਔਰ ਅਸੀਂ ਮੁਲਾਜ਼ਮਾਂ ਨੂੰ ਕਿਹਾ ਵੀ ਆ ਕਿ ਭਾਜੀ ਵੇਖ ਲਓ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਗਾਲੀ ਗਲੋਚ ਕਰ ਰਿਹਾ, ਔਰ ਇਹਨਾਂ ਨੇ ਵੀ ਨਹੀਂ ਉੱਠਿਆ। ਇਸੇ ਵੱਲੋਂ ਫਿਰ ਸਾਡੀ ਬਾਅਦ ਵਿੱਚ ਗਾਲੀ ਗਲੋਚ ਤੋਂ ਸਾਡੇ ਮੇਰੇ ਸਾਡੇ ਕਾਹ ਲੱਗੀ ਆ, ਇਹਨੇ ਮਤਲਬ ਕਿ ਪੰਚ ਮਾਰਿਆ ਹੋਇਆ ਵਾ ਅਤੇ ਨਾਲ ਮੇਰੀ ਇਹਨੇ ਦੱਸਿਆ। ਮੇਰੇ ਤੇ ਤਿੰਨ ਚਾਰ ਜਾਣੇ ਸੀਗੇ ਜੀ। ਮੈਂ ਜੀ ਕੋਈ ਕੰਪਲੇਂਟ ਨਹੀਂ, ਬਸ ਦਰਖਾਸਤ ਦੇਵਾਂਗੇ ਜੀ। ਬਾਕੀ ਜੋ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਸਾਨੂੰ ਕੋਈ ਕਾਰਵਾਈ ਨਹੀਂ ਕੀਤੀ ਜੀ। ਉਹਨਾਂ ਨੇ ਸਗੋਂ ਤੁਹਾਨੂੰ ਸਾਨੂੰ ਪਿਛਾਹ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਉੱਥੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਨੇ। ਇਹਦਾ ਮੁੱਖ ਕਾਰਨ ਇਹ ਹੈ ਜੀ, ਮੈਂ ਨਿਰਮਲ ਸਿੰਘ ਨਿੰਮਾ ਵਾਰਡ ਨੰਬਰ 43 ਤੋਂ ਹਾਂ। ਮੈਨੂੰ ਓਜਲਾ ਸਾਹਿਬ ਦੇ ਚਾਰ ਬੂਥ ਮਿਲੇ ਆ, ਮੈਂ ਉਹਨਾਂ ਦਾ ਇੰਚਾਰਜ ਹਾਂ। ਅਸੀਂ ਆਪਣੀ ਬੜੇ ਸ਼ਾਂਤੀਮਈ ਢੰਗ ਦੇ ਨਾਲ ਵੋਟਾਂ ਭੁਗਤਾ ਰਹੇ ਸੀਗੇ ਅਤੇ ਜਦੋਂ ਮੈਂ ਆਪਣੀ ਮੈਨੂੰ ਸ਼ਿਕਾਇਤ ਮਿਲੀ ਅੰਦਰ ਵੀ ਇੱਕ ਮੁੰਡਾ ਸਮੈਕ ਪੀ ਕੇ ਤੰਗ ਪਰੇਸ਼ਾਨ ਕਰ ਰਿਹਾ, ਅਤੇ ਮੈਂ ਆਪਣੀ ਜਦੋਂ ਵੋਟ ਭੁਗਤਾਉਣ ਅੰਦਰ ਗਿਆ ਉਸ ਬੰਦੇ ਨੇ ਮੇਰੇ ਨਾਲ ਵੀ ਥੋੜ੍ਹੀ ਜਿਹੀ ਪਰੇਸ਼ਾਨੀ ਕੀਤੀ ਕਾਰਡਾਂ ਬਾਰੇ, ਅਤੇ ਮੈਂ ਉਹਦੇ ਨਾਲ ਗੱਲ ਕੀਤੀ, ਉਹਦੇ ਨਾਲ ਮੇਰੀ ਬਹਿਸ ਹੋ ਗਈ। ਜਦੋਂ ਮੈਂ ਉਹਨਾਂ ਮੇਰੀ ਬਹਿਸ ਹੋ ਗਈ ਅਤੇ ਮੈਂ ਬਾਹਰ ਆ ਗਿਆ। ਜਦੋਂ ਮੈਂ ਬਾਹਰ ਆਇਆ ਅਤੇ ਅਕਾਲੀ ਦਲ ਦੇ 5-7 ਬੰਦੇ ਬਾਹਰ ਖੜ੍ਹੇ ਸੀਗੇ, ਜਿਨ੍ਹਾਂ ਦੇ ਵਿੱਚ ਹਰਜੀਤ ਸਿੰਘ ਲਵੀ ਫੈਨ, ਲਖਵਿੰਦਰ ਸਿੰਘ ਲੱਖਾ, ਇੱਕ ਲੱਖੇ ਦਾ ਭਰਾ, ਇੱਕ ਉਹਨਾਂ ਦੇ ਲਾਗੇ ਮੁੰਡਾ ਗੱਬਰ ਆ ਉਹ, ਅਤੇ 2-3 ਸਾਥੀ ਹੋਰ ਸਾਰੇ ਖੜ੍ਹੇ, ਅਤੇ ਜਸਕੀਰ ਸਿੰਘ ਨਾਲ ਖੜ੍ਹਾ ਸੀਗਾ। ਜਸਕੀਰ ਸਿੰਘ ਨੇ ਆਖਿਆ ਵੀ ਇਹਨੂੰ ਫੜ ਲਓ, ਉਹਨਾਂ ਸਾਰਿਆਂ ਨੇ ਮੈਨੂੰ ਫੜ ਲਿਆ, ਫੜ ਕੇ ਮੇਰੀ ਪੱਗ ਲਾ ਤੀ। ਮੈਨੂੰ ਉੱਥੇ ਖੜ੍ਹੇ ਮੁਲਾਜ਼ਮਾਂ ਨੇ ਮੇਰੀ ਜਾਨ ਬਚਾਈ ਆ। ਇਹ ਜਿਹੜੀਆਂ ਗੱਲਾਂ ਅੱਜ ਤੋਂ ਪਹਿਲਾਂ ਆਪਾਂ ਅਖਬਾਰਾਂ 'ਚ ਸੁਣਦੇ ਹਾਂ ਵੀ ਅਕਾਲੀ ਦਲ ਨਸ਼ੇ ਕਰਦੇ ਆ, ਨਸ਼ੇ ਜੇ ਉਹ ਅੱਜ ਇਹਨਾਂ ਨੇ ਸਰੀਤ ਕਰਤੀ ਵੀ ਆਪਣੇ ਇਹਨਾਂ ਨੇ ਪੋਲੀ ਏਜੰਟ ਵੀ ਸਮੈਕ ਪਾ ਕੇ ਪਾਏ ਹੋਏ ਇੱਥੇ। ਇਸ ਸੰਬੰਧੀ ਪੁਲਿਸ ਨੂੰ ਕੰਪਲੇਂਟ ਦਿੱਤੀ? ਮੈਂ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਜੀ, ਇਹਨਾਂ ਸਾਰਿਆਂ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।